ਕਹਿੰਦੇ ਨੇ ਦੁਨੀਆ ਤਾਂ ਉਹ ਉੱਤੇ ਬੈਠਾ ਚਲਾ ਰਿਹਾ ਹੈ, ਅਸੀਂ ਤਾਂ ਬਸ ਉਸਦੇ ਮੋਰੇ ਹਾਂ। ਪਰ ਦੇਖੋ ਕਿੰਨੀ ਅਜੀਬ ਗੱਲ ਹੈ, ਉਸੇ ਦੀ ਦੁਨੀਆ ਵਿੱਚ ਅੱਜ ਅਸੀਂ ਉਸੇ ਦੇ ਨਾਮ ਨੂੰ ਹੀ ਭੁੱਲ ਗਏ ਹਾਂ। ਗਾਇਕਾਂ ਨੂੰ ਧਾਰਮਿਕ ਗੀਤ ਗਾਣਾ ਤੇ ਕੋਈ 7-8 ਸਾਲਾਂ ਬਾਅਦ ਹੀ ਯਾਦ ਆਉਂਦਾ ਹੈ, ਤੇ ਫਿਲਮਾਂ ਵਿੱਚ ਤਾਂ ਸਾਨੂੰ ਹਾਸਿਆਂ ਤੋਂ ਹੀ ਵੇਲ ਨਹੀਂ। ਜੇ ਨਾਨਕ ਨਾਮ ਜਹਾਜ਼ ਹੈ ਤੇ 4 ਸਾਹਿਬਜ਼ਾਦੇ ਵਰਗੀਆਂ ਫਿਲਮਾਂ ਪੰਜਾਬੀ ਸਿਨੇਮਾ ਨੂੰ ਨਵੇਂ ਮੁਕਾਮਾਂ ਤੇ ਲੈ ਗਈਆਂ, ਤੇ ਫਿਰ ਉਦਾਂ ਦੀਆਂ ਹੋਰ ਫਿਲਮਾਂ ਕਿਉਂ ਨਹੀਂ ਬਣੀਆਂ? ਖੈਰ, ਜੋ ਕੰਮ ਕਿਸੇ ਨੇ ਨਹੀਂ ਕੀਤਾ, ਹੁਣ ਉਹ ਸਾਊਥ ਦੀਆਂ ਫਿਲਮਾਂ ਦੇ ਸਟਾਰ ਵਿਕਰਮਜੀਤ ਵਿਰਕ ਤੇ ਅਮਨਮੀਤ ਸਿੰਘ ਕਰਨ ਜਾ ਰਹੇ ਨੇ ਆਪਣੀ ਫਿਲਮ ਮੇਰਾ ਬਾਬਾ ਨਾਨਕ ਦੇ ਨਾਲ। ਹਾਸੇ ਰੋਸੇ, ਸੁੱਖ ਦੁੱਖ ਤੇ ਸਬਰ ਤੇ ਕਾਦਰ ਦੇ ਬਹੁਤ ਸਾਰੇ ਕਿੱਸੇ ਤੇ ਕਹਾਣੀਆਂ ਇਸ ਫਿਲਮ ਦੇ ਵਿੱਚ ਦੇਖਣ ਨੂੰ ਮਿਲਣਗੇ। ਨਾ ਤੇਰਾ ਬਾਬਾ ਬੋਲ ਸਕਦਾ, ਨਾ ਤੇਰਾ ਬਾਬਾ ਚੱਲ ਕੇ ਆ ਸਕਦਾ, ਤੇ ਨਾ ਹੀ ਤੇਰਾ ਬਾਬਾ ਤੇਰੀ ਬਾਹ ਫੜ ਸਕਦਾ। ਜੋ ਪੱਥਰਾਂ ਨੂੰ ਪਾੜ ਸਕਦਾ ਹੈ, ਸਾਗਰਾਂ ਨੂੰ ਪਾਣੀ ਲਾ ਸਕਦਾ ਹੈ, ਹੋਰ ਬਹੁਤ ਕੁਝ ਕਰ ਸਕਦਾ ਹੈ, ਉਸ ਦੀਆਂ ਕਰਾਮਾਤਾਂ ਦੀ ਇੱਕ ਝਲਕ 19 ਮਈ ਨੂੰ ਸਿਨੇਮਾ ਘਰਾਂ ਵਿੱਚ ਦੇਖਣ ਨੂੰ ਮਿਲੇਗੀ।